ਅੱਜ ਦੇ ਇਸ ਸਮਾਗਮ ਵਿੱਚ ਪਧਾਰੇ ਬਹੁਤ ਹੀ ਪ੍ਰਬੁੱਧ, ਬਹੁਤ ਵਿਵੇਕੀ ਸ਼ਰੋਤਾ, ਜਿਹਨੂੰ ਪਿਆਰ ਸਹਿਤ ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਗੱਲ ਮੈਨੂੰ ਜਿਤਨੇ ਸੈਮੀਨਾਰ ਨੇ ਉਹਨਾਂ ਵਿੱਚ ਹਰ ਸਥਾਨ 'ਤੇ ਸੰਗਤ ਨਾਲ ਸਾਂਝੀ ਕਰਨੀ ਪਵੇਗੀ ਕਿ ਟਕਸਾਲ ਦਾ ਧਰਮ ਨੂੰ ਕੰਸੈਪਟ ਸਿਰਫ ਸਿੱਖ ਮੱਤ ਨੇ, ਸਿੱਖ ਪੰਥ ਨੇ ਦਿੱਤਾ ਹੈ। ਕਿਸੇ ਪੰਥ ਵਿੱਚ ਟਕਸਾਲ ਦਾ ਕੰਸੈਪਟ ਨਹੀਂ ਹੈ। ਕਿਉਂ? ਕਿਉਂਕਿ ਜਿਹੜਾ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਇਹ ਨਿਰਮਲ ਪੰਥ ਹੈ, ਇਹ ਕੋਈ ਧਾਰਮਿਕ ਸਮੁਦਾਇ ਸੰਗਠਿਤ ਕਰਨ ਵਾਸਤੇ ਨਹੀਂ ਸੀ। ਇਸਦਾ ਪ੍ਰਯੋਜਨ ਕਿਸੇ ਇੱਕ ਮਤ ਦਾ ਪ੍ਰਚਾਰ ਕਰਨਾ ਨਹੀਂ ਸੀ, ਬਲਕਿ ਇਸਦਾ ਇੱਕੋ ਪ੍ਰਯੋਜਨ ਸੀ ਕਿ ਮਨੁੱਖ ਜਿਹੜਾ ਜਨਮ ਤੇ ਜੀਵਨ ਕਰਕੇ ਬਹੁਤ ਪਵਿੱਤਰ ਹੈ, ਮਾਨਸ ਜਨਮ ਦੁਲੰਭ ਹੈ, ਹੋਏ ਨਾ ਬਾਰੇ ਬਾਰ, ਇਹ ਜਿਹੜਾ ਜੋਨੀਆਂ ਦਾ ਸਰਦਾਰ ਪਰਮੇਸ਼ਰ ਨੇ ਬਣਾਇਆ ਇਸ ਧਰਤੀ ਦਾ, ਇਹਦੇ ਜਿਹੜੀ ਜੀਵਨ ਵਿੱਚ ਖੋਟ ਹੈ ਉਹ ਖੋਟ ਦੂਰ ਕਰਕੇ ਇੱਕ ਸੱਚਾ ਸੁੱਚਾ ਜਿਹੜਾ ਖਰੇ ਸਿੱਕੇ ਵਰਗਾ ਇਨਸਾਨ ਹੈ ਉਹ ਘਾੜਤ ਘੜਨੀ, ਇਹ ਸਿੱਖੀ ਦਾ ਪ੍ਰਯੋਜਨ ਹੈ। ਇਸ ਕਰਕੇ ਮਹਾਰਾਜ ਜੀ ਨੇ ਰੋਜ਼ ਨਿਤਨੇਮ ਵਿੱਚ ਪਹਿਲਾ ਹੀ ਸਵਾਲ ਜਦੋਂ ਵੇਖਦੇ ਆ ਤਾਂ ਇਹ ਨਹੀਂ ਹੈ ਸਿੱਖ ਕਿਵੇਂ ਬਣਾਏ ਜਾਣ, ਚੰਗਾ ਸਿੱਖ ਕੌਣ ਹੁੰਦਾ ਹੈ, ਨਹੀਂ, ਇਹ ਕਿਹਾ ਬੰਦਾ ਚੰਗਾ ਕੌਣ ਹੁੰਦਾ ਅਤੇ ਕਿਵੇਂ ਬਣ ਸਕਦਾ ਹੈ, ਕਿ ਉਹ ਸਚਿਆਰਾ ਹੋਈ ਹੈ ਕਿ ਉਹ ਕੂੜੇ ਟੁੱਟਿਆ ਪਾਰ। ਟਕਸਾਲ ਦਾ ਕੰਸੈਪਟ ਇੱਥੋਂ ਜਨਮ ਲੈਂਦਾ ਹੈ, ਮਨੁੱਖ ਨੂੰ ਮਨੁੱਖ ਬਣਾਉਣਾ। ਜੈਸਾ ਪਰਮੇਸ਼ਰ ਨੇ ਇਸ ਧਰਤੀ ਤੇ ਮਨੁੱਖ ਨੂੰ ਭੇਜ ਕੇ ਚਾਹਿਆ ਸੀ ਮਨੁੱਖ ਕਰਮ ਕਰੇ, ਵੈਸੀ ਘਾੜਤ ਘੜਨੀ ਬੰਦੇ ਦੀ, ਇਹ ਟਕਸਾਲ ਦਾ ਏਮ ਹੈ। ਇਹ ਗੁਰੂ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ ਇਹ ਬੰਦੇ ਘੜਨ ਵਾਲੀ ਟਕਸਾਲ ਬਣਾਈ। ਸਰਕਾਰ ਦੀਆਂ ਟਕਸਾਲਾਂ ਜਿਹੜੀਆਂ ਨੇ ਉਹ ਸਿੱਕੇ ਘੜਨ ਵਾਲੀਆਂ ਹੁੰਦੀਆਂ ਨੇ। ਇੱਥੇ ਸਭ ਤੋਂ ਵੱਡਾ ਕੀਮਤੀ ਸਿੱਕਾ ਜਿਹੜਾ ਉਹ ਪਰਮੇਸ਼ਰ ਨੇ ਜਿਹੜਾ ਉਸ ਮਨੁੱਖ ਬਣਾਇਆ, ਇਹਦੇ ਜੀਵਨ ਵਿੱਚ ਖੋਟ ਹੋਏ ਤਾਂ ਇੱਥੇ ਕੋਈ ਖਰਾ ਸਿੱਕਾ ਹੋ ਹੀ ਨਹੀਂ ਸਕਦਾ। ਇਸ ਕਰਕੇ ਗੁਰਦੇਵ ਮਹਾਰਾਜ ਸੱਚੇ ਪਾਤਸ਼ਾਹ ਸ੍ਰੀ ਹਜ਼ੂਰ ਜੀ ਨੇ ਇਸ ਟਕਸਾਲ ਦੀ ਸਥਾਪਨਾ ਦਸਮ ਪਾਤਸ਼ਾਹ ਮਹਾਰਾਜ ਜੀ ਨੇ ਆਪ ਕੀਤੀ ਹੈ। ਕਾਰਜ ਤਾਂ ਗੁਰੂ ਨਾਨਕ ਦੇਵ ਜੀ ਨੇ ਆਰੰਭ ਕਰ ਦਿੱਤਾ, ਜਿਨ ਮਾਨਸ ਦੇ ਦੇਵਤੇ ਕੀਏ ਕਰਤਨਾ ਲਾਗੀ ਵਾਰ, ਮਨੁੱਖ ਤੋਂ ਦੇਵਤਾ ਬਣਾਉਣਾ, ਇਹ ਤਾਂ ਗੁਰੂ ਮਹਾਰਾਜ ਗੁਰੂ ਨਾਨਕ ਦੇਵ ਜੀ ਦੇ ਸੰਸਾਰ ਵਿੱਚ ਆਗਮਨ ਨਾਲ ਸ਼ੁਰੂ ਹੋ ਗਿਆ। ਉਹ ਜਿਹੜੀ ਟਕਸਾਲ ਦਾ ਕੰਸੈਪਟ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਦਿੱਤਾ ਸੀ, ਉਸਨੂੰ ਵਿਧੀਵਤ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਜਿਹੜਾ ਹੈ ਉਹ ਰੂਪ ਦੇ ਦਿੱਤਾ, ਦਮਦਮਾ ਦੀ ਧਰਤੀ ਤੋਂ ਜਿਹੜਾ ਹੈ ਟਕਸਾਲ ਕਾਇਮ ਕਰ ਦਿੱਤੀ। ਮੈਂ ਕਈ ਵਾਰੀ ਸੋਚਦਾ ਹੁੰਦਾ ਸਭ ਪਤਾ ਨਹੀਂ ਦਮਦਮਾ ਕੀ ਹੁੰਦਾ, ਮੌਸਰੇ ਆਲਮ ਵੀ ਨਹੀਂ ਪੜ੍ਹੀ ਤੇ ਫਿਰ ਦਮਦਮਾ ਕਲੀਅਰ ਕਰ ਲਿਆ। ਸਤਾਰਾ ਦਾ ਕਿਲ੍ਹਾ ਜਦੋਂ ਫਤਿਹ ਕਰਨ ਲੱਗਾ ਔਰੰਗਜ਼ੇਬ ਤਾਂ ਦਮਦਮਾ ਡਿੱਗ ਗਿਆ ਸੀ। ਦਮਦਮਾ ਕਿਲ੍ਹੇ ਦੇ ਬਾਹਰ ਇੱਕ ਪਲੇਟਫਾਰਮ ਬਣਾਇਆ ਜਾਂਦਾ ਸੀ ਕਿਲ੍ਹੇ ਵਿੱਚ ਵਾਰ ਕਰਨ ਲਈ ਅਤੇ ਕਿਲ੍ਹੇ ਨੂੰ ਸਰ ਕਰਨ ਲਈ, ਦੀਵਾਰ ਦੇ ਉੱਤੋਂ ਦੀ ਵਾਰ ਕਰਨ ਲਈ। ਤੋ ਇਹ ਜਿਹੜੀ ਦਮਦਮਾ ਇੱਕ ਉੱਚੀ ਜਗ੍ਹਾ ਹੈ, ਇਹ ਦਮਦਮੀ ਟਕਸਾਲ ਪੰਥ ਦੀ ਸਰਵੋਤਮ ਉੱਚੀ ਟਕਸਾਲ ਹੈ ਅਤੇ ਕੇਵਲ ਇੱਕ ਟਕਸਾਲ ਹੈ। ਕਿਸੇ ਸਰਕਾਰ ਦੀਆਂ 400 ਟਕਸਾਲਾਂ ਦੀ ਹੁੰਦੀ, ਟਕਸਾਲ ਸਿਰਫ ਇੱਕ ਹੁੰਦੀ ਹੈ। ਇਸ ਕਰਕੇ ਇਹ ਪੰਥ ਦੀ ਸ਼ਾਖਾ ਜਾਂ ਸੰਪਰਦਾਇ ਨਹੀਂ ਹੈ, ਇਹ ਤਾਂ ਪੰਥ ਦੀ ਟਕਸਾਲ ਹੈ, ਇਹ ਪੰਥ ਹੈ। ਜਿਹੜੇ ਸੰਪਰਦਾਇ ਕਿੱਥੇ ਹੈ, ਜਿੱਥੇ ਥੋੜੀ ਬਹੁਤ ਵਿਲੱਖਣ ਆਈਡੈਂਟੀ ਬਣਾ ਕੇ ਕਿਸੇ ਇੱਕ ਸੇਵਾ ਨੂੰ ਸੰਭਾਲਿਆ ਜਾਵੇ ਨਾ, ਪੰਥ ਦੀ ਇੱਕ ਸੇਵਾ, ਉੱਥੇ ਸੰਪਰਦਾਇ ਆ ਜਾਏਗੀ। ਗਿਆਨ ਦੀ ਸੰਭਾਲ ਲਈ ਤੇ ਨਿਰਮਲੇ ਹੋ ਗਏ, ਕਿਸੇ ਨੇ ਸੇਵਾ ਸੰਭਾਲ ਲਈ, ਕਿਸੇ ਨੇ ਹੋਰ ਤਰੀਕੇ ਨਾਲ ਵੱਖ ਵੱਖ, ਪਰੰਤੂ ਟਕਸਾਲ ਨੇ ਕੀ ਹੈ, ਟਕਸਾਲ ਨੇ ਟਕਸਾਲ ਹੈ ਜਿਹੜੀ ਸਮੁੱਚੀ ਸੇਵਾ ਸੰਭਾਲਦੀ ਹੈ। ਟਕਸਾਲ ਨੇ ਸਿੱਖੀ ਦੀ ਮਰਿਆਦਾ ਜਿਹੜੀ ਹੈ ਉਹ ਪ੍ਰਚਾਰਨੀ ਹੈ, ਸਿੱਖ ਸਿਧਾਂਤ ਪ੍ਰਚਾਰਨਾ ਹੈ, ਗੁਰਬਾਣੀ ਪ੍ਰਚਾਰਨੀ ਹੈ,
ਤੇ ਸਭ ਤੋਂ ਉੱਤਮ ਕੇ ਬਾਣੀ ਅਨੁਰੂਪ ਮਨੁੱਖ ਦਾ ਜੀਵਨ ਬਣਾਉਣਾ ਹੈ। ਉਹ ਮਨੁੱਖ ਜਿਸ ਵਿੱਚ ਖੋਟ ਮਿਲਿਆ ਹੈ ਉਸ ਨੂੰ ਖਰਾ ਸਿੱਕਾ ਬਣਾਉਣਾ ਹੈ ਤਾਂ ਕਿ ਜਿੱਥੇ ਜਾਵੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਦੀ ਵਿਲੱਖਣ ਪਹਿਚਾਣ ਨਜ਼ਰ ਆਏ। ਇਹ ਮਨੁੱਖ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦਾ ਸਿੱਖ ਹੈ। ਇਹ ਟਕਸਾਲ ਦਾ ਮਨੋਰਥ ਹੈ, ਇਹ ਟਕਸਾਲ ਦਾ ਏਮ ਹੈ। ਮੈਂ ਜਦੋਂ ਵੇਖਦਾ ਕਦੇ ਕਦੇ ਲੋਕ ਇਹ ਸੋਚਦੇ ਨਾ, ਪਹਿਲਾਂ ਵੀ ਗੱਲ ਕਰ ਚੁੱਕਾ, ਉਹ ਵੇਸ਼ਭੂਸ਼ਾ ਵੇਖ ਕੇ ਨਾ ਵੀ ਹੁਣ ਤਾਂ ਅਸੀਂ ਪੈਂਟ ਕਮੀਜ਼ ਪਾਉਂਦੇ ਹਾਂ ਵੀ ਇਹ ਪ੍ਰਾਚਨਵਾਦੀ ਨੇ, ਤੇ ਉਹਨਾਂ ਦੀ ਵਿਦਿਆ ਵੀ ਪ੍ਰਾਚਨਵਾਦੀ ਹੈ। ਨਹੀਂ, ਮੈਂ ਦੇਖਦਾ ਕਿ ਨਵੀਨ ਵਿਦਿਆ ਨੂੰ ਜਨਮ ਦੇਣ ਵਾਲੀ ਟਕਸਾਲ ਹੈ। ਕਿਉਂ? ਟਕਸਾਲ ਨੇ ਜਦੋਂ ਅਰਥ ਪੜੋਗੇ ਨਾ, ਇੱਕ ਇੱਕ ਸ਼ਬਦ ਇੱਕ ਇੱਕ ਪੰਕਤੀ ਦੇ ਚਾਰ ਚਾਰ ਪੰਜ ਪੰਜ ਅਰਥ ਦਿੱਤੇ ਹੋਏ। ਉਹ ਕਿਉਂ ਦਿੱਤੇ ਨੇ? ਜਿਹੜਾ ਸਾਡੀ ਅੱਜ ਵੀ ਵਿਧੀ ਹੈ ਖੋਜ ਦੀ, ਉਹਦੇ ਵਿੱਚ ਕੀ ਹੁੰਦਾ ਕਿ ਅਸੀਂ ਕਿਸੇ ਦੀ ਡੈਫੀਨੇਸ਼ਨ, ਕਿਸੇ ਨੂੰ ਪਰਿਭਾਸ਼ਿਤ ਕਰਨਾ ਸ਼ਬਦ ਨੂੰ, ਚਾਰ ਪੰਜ ਦਸ ਪਰਿਭਾਸ਼ਾ ਦੇ ਦੇਵਾਂਗੇ। ਤੇ ਟਕਸਾਲ ਨੇ ਇਹ ਕਿਹਾ ਕਿ ਇਹਦੇ ਅਰਥ ਇੰਜ ਵੀ ਹੋ ਸਕਦੇ ਨੇ, ਇੰਜ ਵੀ ਵਿਦਵਾਨ ਕਰਦੇ ਨੇ, ਇਸ ਤਰੀਕੇ ਨਾਲ ਵੀ ਹੋ ਸਕਦੇ। ਜਿਵੇਂ ਤੁਸੀਂ ਦੇਖੋਗੇ ਕਰਮ ਸ਼ਬਦ ਹੈ ਨਾ, ਕਰਮ ਖੰਡ ਦੇ ਜਿੱਥੇ ਆ ਜਾਂਦਾ ਹੈ ਉੱਥੇ ਕਰਮ ਦਾ ਅਰਥ ਜਿਹੜਾ ਅੱਜ ਕੱਲ੍ਹ ਅਸੀਂ ਬਖਸ਼ਿਸ਼ ਕਰਨ ਲੱਗ ਗਏ ਹਾਂ। ਸੰਪਰਦਾਇ ਟੀਕੇ ਕਰਮ ਦਾ ਅਮਲ ਕਰਦੇ ਸਨ। ਵੈਸੇ ਅਮਲ ਮਾਈਨਸ ਹੋ ਜਾਏ ਤੇ ਕੋਈ ਪੰਜ ਖੰਡੀ ਸਾਧਨਾ ਹੋ ਹੀ ਨਹੀਂ ਸਕਦੀ। ਟਕਸਾਲ ਨੇ ਪਹਿਲਾਂ ਅਮਲ ਲਿਆ, ਕਰਮ ਦਾ ਅਰਥ ਕੀਤਾ, ਉਸ ਤੋਂ ਬਾਅਦ ਬਖਸ਼ਿਸ਼ ਵੀ ਕਰਤਾ, ਉਸ ਤੋਂ ਬਾਅਦ ਜਿੰਨੇ ਅਰਥ ਬਣਦੇ ਸਨ ਸਾਰੇ ਕਰ ਦਿੱਤੇ। ਅੱਜ ਅਸੀਂ ਪੜ੍ਹਦੇ ਹਾਂ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤਮ ਹੱਥ, ਹੁਣ ਤੇ ਪਰਿਆਵਰਣ ਬਣ ਗਿਆ ਹੈ। ਇਹ ਉਪਦੇਸ਼ ਜਿਹੜਾ ਗੁਰੂ ਮਹਾਰਾਜ ਜੀ ਦਾ ਸੱਚਾ ਸੁੱਚਾ ਪਰਿਆਵਰਣ ਚ ਰੋਲ ਰਿਹਾ ਸੀ। ਪਰਿਆਵਰਣ ਨਾਲ ਤਾਂ ਕੋਈ ਵਾਸਤਾ ਨਹੀਂ। ਪੰਡਿਤ ਤਾਰਾ ਸਿੰਘ ਰੋਤਮ ਪਹਿਲੇ ਵਿਅਕਤੀ ਸਨ ਜਿਹਨਾਂ ਟੀਕਾ ਲਿਖਿਆ, ਤੇ ਉਹਨਾਂ ਲਿਖਿਆ ਕਿ ਸਿੱਖਾਂ ਦਾ ਗੁਰੂ ਜਿਹੜਾ ਹੈ ਇਹ ਛੋਟੀਆਂ ਛੋਟੀਆਂ ਚੀਜ਼ਾਂ ਗੁਰੂ ਹੋ ਸਕਦੀਆਂ ਨੇ? ਇਹ ਪਵਨ ਗੁਰੂ ਪਵਨ ਚ ਵੀ ਗੁਰੂ ਹੋ ਸਕਦੇ? ਪਵਨ ਸਿੱਖ ਦੇਵਤਾ ਹੈ, ਦੇਵਤਾ ਤੇ ਗੁਰੂ ਹੋ ਹੀ ਨਹੀਂ ਸਕਦਾ। ਇਹ ਸੰਤ ਗੁਰਬਚਨ ਸਿੰਘ ਜੀ ਜਦੋਂ ਪੜ੍ਹਾਂਗੇ ਤੇ ਦੇਵਤਾ ਤੇ ਗੁਰੂ ਚ ਕਿੰਨਾ ਅੰਤਰ ਹੈ, ਭਗਤ ਤੇ ਗੁਰੂ ਚ ਕੀ ਅੰਤਰ ਹੈ? ਇੱਕ ਇੱਕ ਚੀਜ਼ ਅਗਰ ਕਿਸੇ ਨੇ ਡਿਫਾਈਨ ਕੀਤੀ ਤੇ ਉਹ ਟਕਸਾਲ ਨੇ ਕੀਤੀ ਹੈ। ਤੋ ਟਕਸਾਲ ਨੇ ਇਹ ਵੀ ਅਰਥ ਕਰਕੇ ਅੱਗੇ ਅਰਥ ਟਕਸਾਲ ਨੇ ਕੀ ਕੀਤਾ ਕਿ ਸਿੱਧਾਂ ਨੂੰ ਇਹ ਉਪਦੇਸ਼ ਕੀਤਾ ਜਿਹੜਾ ਉਹਨਾਂ ਦੀ ਲੈਂਗੁਏਜ ਹੈ, ਜਿਹੜੀ ਉਹਨਾਂ ਦੀ ਭਾਸ਼ਾ, ਉਹਨਾਂ ਦੀ ਵਿਚਾਰਧਾਰਾ। ਤੇ ਫਿਰ ਜਦੋਂ ਸਿੱਖਾਂ ਨੂੰ ਉਪਦੇਸ਼ ਕੀਤਾ ਸਿੱਧਾਂ ਤੋਂ ਭਿੰਨ ਪਵਨ ਗੁਰੂ ਦਾ, ਉੱਥੇ ਗੁਰੂ ਅੰਗਦ ਦੇਵ ਮਹਾਰਾਜ ਜੀ ਦਾ ਉਦਾਹਰਣ ਦਿੱਤੇ ਕਿ ਗੁਰੂ ਅੰਗਦ ਦੇਵ ਜੀ ਨੇ ਪਵਨ ਗੁਰੂ ਪਾਣੀ ਪਿਤਾ ਦੇ ਇਹ ਅਰਥ ਬਣਾਏ ਸਨ ਕਿ ਪਵਨ ਗੁਰੂ ਨਹੀਂ ਬਲਕਿ ਗੁਰੂ ਪਵਨ ਸਮਾਨ ਜੀਵਨ ਦਾ ਆਧਾਰ ਹੈ। ਤੋ ਇੱਕ ਇੱਕ ਚੀਜ਼ ਨੂੰ ਗਹਿਰਾਈ ਸਹਿਤ ਸਥਾਪਿਤ ਕਰਨਾ, ਇਹ ਟਕਸਾਲ ਦੀ ਗਿਆਨ ਨੂੰ ਸਿੱਖ ਧਿਆਨ ਨੂੰ ਬਹੁਤ ਵੱਡੀ ਦੇਣ ਹੈ। ਅਜੇ ਯੂਨੀਵਰਸਿਟੀਆਂ ਉੱਥੋਂ ਤੱਕ ਕਿੱਥੇ ਪਹੁੰਚੀਆਂ ਨੇ ਜੋ ਗਿਆਨ ਇਹਨਾਂ ਤੇ ਕੇਵਲ ਗਿਆਨ ਹੈ, ਇਹ ਕੇਵਲ ਵਿਦਿਆਲਾ ਨਹੀਂ ਹੈ। ਇਸ ਨੇ ਇਹ ਜਿਹੜੀ ਟਕਸਾਲ ਹੈ ਇਸ ਨੇ ਤਾਂ ਬੰਦਿਆਂ ਦਾ ਹੈ ਬਾਣੀ ਸਮਝਾ ਕੇ ਫਿਰ ਬਾਣੀ ਦੇ ਅਨੁਰੂਪ ਕਰਨਾ ਹੈ, ਤੇਰੇ ਜੀਵਨ ਤੇਰਾ ਜੀਵਨ ਚੰਗਾ ਕਿਵੇਂ ਹੋਵੇ। ਸੋ ਇਹ ਬਹੁਤ ਵੱਡਾ ਯੋਗਦਾਨ ਟਕਸਾਲ ਦਾ ਸਿੱਖ ਪੰਥ ਨੂੰ ਹੈ। ਕਿਉਂਕਿ ਮੈਂ ਬੁਲਾਰੇ ਤੇ ਅੱਜ ਹੋਰ ਨੇ, ਮੈਂ ਇੰਟਰੋਡਕਸ਼ਨ ਦੇਣੀ ਸੀ। ਸ਼੍ਰੀਮਾਨ ਸੰਤ ਗਿਆਨੀ ਰਾਮ ਸਿੰਘ ਖਾਲਸਾ ਜੀ ਨਾਲ ਕਿਸੇ ਹੋਰ ਮਹਾਂਪੁਰਸ਼ਾਂ ਦੇ ਕੋਲ ਮੈਂ ਵੀ ਪਹੁੰਚਿਆ ਸੀ, ਉੱਥੇ ਭੇਟ ਹੋਈ। ਕਹਿਣ ਲੱਗੇ ਕਿ 50 ਸਾਲ ਸਥਾਪਨਾ ਦੇ, 28 ਜੂਨ 1969 ਨੂੰ ਸ਼੍ਰੀਮਾਨ ਸੰਤ ਗਿਆਨੀ ਗੁਰਬਚਨ ਸਿੰਘ ਖਾਲਸਾ ਜੀ ਸੱਚਖੰਡ ਪਧਾਰੇ ਸਨ। ਉਸ ਸਥਾਨ 'ਤੇ ਮਹਿਤਾ ਚੌਕ ਵਿਖੇ ਫਿਰ ਸੰਤ ਕਰਤਾਰ ਸਿੰਘ ਜੀ ਨੇ ਜਿਹੜਾ ਹੈੱਡਕੁਆਟਰ ਸਥਾਪਿਤ ਕੀਤਾ ਹੈ। ਉਹ ਵੈਸੇ ਤਾਂ ਇਹ ਚੱਲਦਾ ਵਹੀਰ ਹੁਣ ਵੀ ਚੱਲਦਾ ਵਹੀਰ ਹੈ, ਉਸੇ ਤਰ੍ਹਾਂ ਘਰ ਘਰ ਜਾ ਕੇ ਸਿੱਖੀ ਦਾ ਪ੍ਰਚਾਰ ਕਰਨਾ ਇਹ ਟਕਸਾਲ ਦੀ ਨਿਸ਼ਾਨੀ ਰਹੀ ਹੈ। ਤੇ ਪਰੰਤੂ ਕੀ ਹੈ, ਕੋਈ ਨਾ ਕੋਈ ਕੇਂਦਰ ਸਥਾਪਿਤ ਕੀਤੇ ਬਿਨਾਂ ਘਰ ਸਾਰੀਆਂ ਗਤੀਵਿਧੀਆਂ ਜਿਹੜੀਆਂ ਨੇ ਉਹ ਠੀਕ ਸੰਚਾਲਿਤ ਨਹੀਂ ਹੋ ਸਕਦੀਆਂ। ਇਸ ਕਰਕੇ ਸ਼੍ਰੀਮਾਨ ਸੰਤ ਗਿਆਨੀ ਕਰਤਾਰ ਸਿੰਘ ਜੀ ਨੇ ਇਹ ਸਥਾਪਿਤ ਕੀਤਾ ਮਹਿਤਾ ਚੌਕ ਹੈੱਡਕੁਆਟਰ ਦਮਦਮੀ ਟਕਸਾਲ ਦਾ। ਅਤੇ ਇਹਦੇ ਹੁਣ ਜਿਹੜਾ 50 ਸਾਲ ਪੂਰੇ ਹੋ ਗਏ ਨੇ, ਅਰਧ ਸ਼ਤਾਬਦੀ ਸਮਾਗਮ ਜਿਹੜੇ ਨੇ, ਔਰ ਬੜਾ ਪਵਿੱਤਰ ਕਾਰਜ ਕਿ ਉੱਧਰ 550 ਸਾਲਾਂ ਮਹਾਰਾਜ ਜੀ ਦਾ ਆ ਰਿਹਾ, ਕਿ ਉੱਧਰ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦੀ ਜਿਹੜੀ ਟਕਸਾਲ ਹੈ ਇਹਨੂੰ ਵਿਧੀਵਤ ਚਲਾਉਣ ਵਾਸਤੇ ਵੀ 50 ਅਰਧ ਸ਼ਤਾਬਦੀ ਜਿਹੜੀ ਹੈ ਉਹ ਅਸੀਂ ਮਨਾ ਰਹੇ ਹਾਂ। ਤੋ ਇਹ ਬਹੁਤ ਗੁਰਮੁਖ ਮਹਾਂਪੁਰਖਾਂ ਨੇ ਮੈਨੂੰ ਕਿਹਾ ਕਿ ਤੁਸੀਂ ਇਹਦੇ ਵਿੱਚ ਸਹਿਯੋਗ ਕਰੋ, ਇਹ ਇਹਨਾਂ ਦੀ ਬਖਸ਼ਿਸ਼ ਹੈ, ਮੈਂ ਇਹਨਾਂ ਦੇ ਕਿਹੜੇ ਕੰਮ ਆ ਸਕਦਾ, ਇਹ ਤਾਂ ਇਹਨਾਂ ਦੇ ਇਸ਼ਾਰੇ ਨਾਲ ਸਾਰੇ ਕਾਰਜ ਹੋ ਸਕਦੇ ਨੇ। ਪਰੰਤੂ ਇਹਨਾਂ ਨੇ ਮੈਨੂੰ ਇਹ ਸੇਵਾ ਦਿੱਤੀ ਕਿ ਤੁਸੀਂ ਵਿਦਵਾਨਾਂ ਨਾਲ ਸੰਪਰਕ ਕਰਕੇ ਕੋਆਰਡੀਨੇਟਰ ਦਾ ਕਾਰਜ ਕਰਨਾ ਹੈ।
ਤੇ ਉਹ ਮੈਂ ਇਹਨਾਂ ਦਾ ਬਹੁਤ ਸ਼ੁਕਰਗੁਜ਼ਾਰ ਹਾਂ ਸਮੁੱਚੀ ਟਕਸਾਲ ਦਾ ਕਿ ਇਹਨਾਂ ਨੇ ਮੈਨੂੰ ਇੱਕ ਨਾਚੀਜ਼ ਜਿਹੇ ਬੰਦੇ ਨੂੰ ਇਸ ਯੋਗ ਸਮਝਿਆ ਹੈ। ਅਤੇ ਮੈਨੂੰ ਲੱਗਦਾ ਕਿ ਜਿਹੜਾ ਪਹਿਲਾ ਸੈਮੀਨਾਰ ਸੀ ਅਸੀਂ ਸ਼੍ਰੀ ਅੰਮ੍ਰਿਤਸਰ 4 ਸਤੰਬਰ ਨੂੰ ਕੀਤਾ ਸੀ, ਇਹ ਦੂਜਾ। ਤੀਜਾ 18 ਸਤੰਬਰ ਨੂੰ ਪਟਿਆਲਾ ਵਿਖੇ ਕਰਨਾ ਹੈ। ਫਿਰ ਚੌਥਾ ਜਿਹੜਾ ਹੈ ਉਹ 13 ਅਕਤੂਬਰ ਨੂੰ ਮੁੰਬਈ ਵਿਖੇ ਹੈ, ਔਰ ਜਿਹੜਾ 5ਵਾਂ ਸੈਮੀਨਾਰ ਹੈ ਉਹ ਹੋਵੇਗਾ 20 ਅਕਤੂਬਰ ਨੂੰ ਮੋਗਾ ਵਿਖੇ। ਇਹ 5 ਸੈਮੀਨਾਰ ਮਹਾਂਪੁਰਖਾਂ ਨੇ ਕਰਨੇ ਨੇ। ਅਤੇ ਮੈਂ ਕੋਸ਼ਿਸ਼ ਇਹ ਕੀਤੀ ਕਿ ਵਿਦਵਾਨ ਵੱਧ ਤੋਂ ਵੱਧ ਨੌਜਵਾਨ ਜਿਹੜੇ ਨੇ ਨਾ ਨੌਜਵਾਨ ਪੀੜ੍ਹੀ ਦੇ ਇਹਨਾਂ ਨੂੰ ਅੱਗੇ ਲਿਆਂਦਾ ਜਾਏ ਤਾਂ ਕਿ ਇਹ ਟਕਸਾਲ ਨੂੰ ਜਦੋਂ ਇਸ ਉਮਰ ਦੇ ਵਿੱਚ ਇਹ ਪੜ੍ਹ ਲੈਣਗੇ ਨਾ ਟਕਸਾਲ ਨੂੰ ਅਤੇ ਇਹ ਫਿਰ ਪੱਕੇ ਟਕਸਾਲੀ ਸਿੰਘ ਹੋ ਜਾਣਗੇ। ਅਤੇ ਯੂਨੀਵਰਸਿਟੀਆਂ ਵਿੱਚ ਬੈਠੇ ਅਗਰ ਟਕਸਾਲੀ ਸਿੰਘ ਹੋਣ ਵਿਦਵਾਨ ਹੋਣ ਤਾਂ ਸਿੱਖੀ ਦੀ ਸ਼ਾਨ ਬਹੁਤ ਉੱਚੀ ਹੋ ਸਕਦੀ ਹੈ, ਕਿਉਂਕਿ ਜਿਹੜੀ ਟਕਸਾਲ ਹੈ ਇਹ ਵਿਦਿਆਲਾ ਵਿਦਿਆਲਾ ਮੈਂ ਇਸ ਕਰਕੇ ਨਹੀਂ ਕਹਿੰਦਾ, ਇਹ ਤਾਂ ਉਹ ਜੇ ਜ਼ਰੂਰਤ ਪਵੇ ਤਾਂ ਸਿਰ ਤਲੀ 'ਤੇ ਧਰ ਕੇ ਯੁੱਧ ਵਿੱਚ ਭਾਗ ਵੀ ਲੈਣਾ। ਜਿਹੜੇ ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਨੇ ਜਿਹੜੇ 48 ਨਿਯਮ ਵਿਦਵਾਨ ਜਿਹੜੇ ਵਿਦਿਆਰਥੀ ਸਨ ਉਹਨਾਂ ਨੂੰ ਜਿਹੜੇ ਸਮਝਾਏ ਸਨ ਉਹਨਾਂ ਵਿੱਚ ਇੱਕ ਨਿਯਮ ਇਹ ਵੀ ਹੈ ਕਿ ਜਿਹੜਾ ਗਿਆਨਵਾਨ ਹੋਏ ਉਹ ਸ਼ਸਤਰਧਾਰੀ ਵੀ ਹੋਏ, ਉਹ ਸੂਰਬੀਰ ਵੀ ਹੋਵੇ, ਧਰਮ ਦੀ ਰਾਖੀ ਵਾਸਤੇ ਵੀ ਹੋਵੇ। ਸੋ ਮੈਂ ਬਹੁਤ ਧੰਨਵਾਦੀ ਹਾਂ ਸ਼੍ਰੀਮਾਨ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਜੀ ਦਾ, ਸੁਰਜੀਤ ਟਕਸਾਲ ਦਾ, ਆਪ ਸਭ ਦਾ, ਔਰ ਅਸੀਂ ਆਓ ਸਾਰੇ ਯਤਨ ਕਰੀਏ ਕਿ ਇੱਕ ਤਾਂ ਇਹ ਜਿਹੜੇ 5 ਸੈਮੀਨਾਰ ਨੇ ਇਹਨਾਂ ਦੀ ਸਫਲਤਾ ਵਾਸਤੇ ਅਸੀਂ ਹਰ ਸਥਾਨ 'ਤੇ ਪੁੱਜੀਏ, ਅਤੇ ਦੂਜਾ ਫਿਰ ਅਕਤੂਬਰ ਦੇ ਅੰਤ ਵਿੱਚ ਜਿਹੜੇ ਸਮਾਗਮ ਹੋਣੇ ਨੇ ਉਹ ਮਹਿਤਾ ਚੌਕ ਵਿਖੇ ਪਹੁੰਚ ਕੇ ਦਮਦਮੀ ਟਕਸਾਲ ਦੇ ਹੈੱਡਕੁਆਟਰ ਵਿੱਚ ਉੱਥੇ ਵੱਧ ਤੋਂ ਵੱਧ ਗਿਣਤੀ ਵਿੱਚ ਸੰਗਤ ਲਗਾ ਕੇ ਇਹ ਜਿਹੜੀ ਟਕਸਾਲ ਜਿਹੜੀ ਇੱਕ ਪਾਸੇ ਗਿਆਨ ਹੈ ਦੂਜੇ ਪਾਸੇ ਸ਼ਸਤਰ ਵੀ ਹੈ, ਸ਼ਸਤਰ ਅਤੇ ਸ਼ਾਸਤਰ ਮੀਰੀ ਅਤੇ ਪੀਰੀ ਉਹਦੀ ਸਮੁੱਚੀ ਪਰੰਪਰਾ ਅਗਰ ਕਿਸੇ ਨੇ ਸੰਭਾਲੀ ਹੋਈ ਹੈ ਉਹ ਇਹ ਟਕਸਾਲ ਹੈ। ਇਹ ਘਰ ਘਰ ਸੰਦੇਸ਼ ਪਹੁੰਚਾਉਣਾ ਤਾਂ ਕਿ ਸਿੱਖ ਟਕਸਾਲ ਤੋਂ ਪ੍ਰੇਰਿਤ ਹੋ ਕੇ ਟਕਸਾਲੀ ਸਿੱਖ ਬਣ ਜਾਵੇ। ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।